ਅਮਰੀਕਾ 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 ਯਾਨੀ ਕਿ ਯੂ ਐੱਸ ਏ, ਉੱਥੋਂ ਆਉਂਦਾ ਸੀ ਟਾਰਗੇਟ ਅਤੇ ਨਾਲ ਹੀ ਚੱਕ ਦਿੰਦੇ ਸੀ ਟਾਈਮ। ਪਰ ਇਸ ਵਾਰ ਦਾ ਪੁੱਠਾ ਪੈ ਗਿਆ, ਇਹਨਾਂ ਨੇ ਟਾਈਮ ਕੀ ਚੱਕਣਾ ਸੀ, ਪੁਲਿਸ ਨੇ ਇਹਨਾਂ ਨੂੰ ਚੱਕ ਲਿਆ। ਇਹ ਤਸਵੀਰਾਂ ਨੇ ਮੋਹਾਲੀ ਦੀਆਂ, ਜਿੱਥੇ ਕਿ ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਆ। ਮੋਹਾਲੀ ਪੁਲਿਸ ਦਾ ਕਹਿਣਾ ਹੈ ਕਿ ਯੂ ਐੱਸ ਏ ਬੈਠੇ ਪੰਜਾਬ ਦੇ ਦੋ ਗੈਂਗਸਟਰ ਇਹਨਾਂ ਕੋਲੋਂ ਕਰਵਾ ਰਹੇ ਸੀ ਪੁੱਠੇ ਕੰਮ, ਅਤੇ ਇਹ ਦੋਨੋਂ ਪੈਸਿਆਂ ਦੇ ਲਾਲਚ ਦੇ ਵਿੱਚ ਫਸ ਗਏ ਅਤੇ ਬਸ ਫਿਰ ਲੋਕਾਂ ਦਾ ਟਾਈਮ ਚੱਕਣ ਲੱਗ ਪਏ। ਪਰ ਇਸ ਵਾਰ ਆਪਣਾ ਹੀ ਟਾਈਮ ਚੱਕਿਆ ਗਿਆ, ਚੱਕਿਆ ਗਿਆ, ਚੱਕਿਆ ਗਿਆ। ਤੁਸੀਂ ਆਪ ਹੀ ਸੁਣ ਲਵੋ ਐੱਸ ਐੱਸ ਪੀ ਮੋਹਾਲੀ ਦੀ ਜ਼ੁਬਾਨੀ, ਕਿਵੇਂ ਚੱਲ ਰਹੇ ਸੀ ਇਹਨਾਂ ਦੇ ਪੁੱਠੇ ਕੰਮ। ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀ ਰਿਪੋਰਟ। ਇੱਥੇ ਠੀਕ ਹੈ? ਅੱਜ ਦੀ ਪ੍ਰੈਸ ਕਾਨਫਰੰਸ ਇਸ ਦੇ ਰਿਗਾਰਡਿੰਗ ਹੈ। ਅੱਜ ਮੋਹਾਲੀ ਪੁਲਿਸ ਨੇ ਅੱਜ ਇੱਕ ਮੋਡਿਊਲ ਜਿਹੜਾ ਹੈਗਾ ਉਹ ਬਰਸਟ ਕੀਤਾ, ਜਿਹੜਾ ਕਿ ਟਾਰਗੇਟ ਕਿਲਿੰਗ ਦੇ ਵਿੱਚ ਇਨਵੋਲਵ ਹੁੰਦਾ ਸੀ। ਇਹਦੇ ਵਿੱਚ ਦੋ ਬੰਦੇ ਸੀ ਗ੍ਰਿਫਤਾਰ ਕੀਤੇ, ਇੱਕ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਅਤੇ ਇੱਕ ਮਨਿੰਦਰ ਸਿੰਘ ਔਰ ਬੌਬਿਕ। ਇਹਨਾਂ ਤੋਂ 90 ਜਿਹੜੇ ਲਾਈਵ ਰਾਊਂਡ ਹੈ 9 MM ਦੇ ਉਹ ਬਰਾਮਦ ਹੋਏ ਨੇ, 90 ਰਾਊਂਡ ਜਿਹੜੇ ਹੈਗੇ। ਤੇ ਇਹ ਜਿਹੜੇ ਹੈਗੇ ਆ ਇਹ 'ਚ ਮੇਨ ਜਿਹੜਾ ਇਹਦਾ ਦੋਸ਼ੀ ਆ ਉਹ ਮਨਿੰਦਰ ਸਿੰਘ ਔਰ ਬੌਬੀ ਹੈ, ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ। ਇਹਦਾ ਸਾਥੀ ਜਿਹੜਾ ਮੋਹਿਤ ਕੁਮਾਰ ਹੈ ਇਹ ਉੱਥੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ ਅਤੇ ਇੱਥੇ ਖਰੜ ਦੇ ਵਿੱਚ ਪੀਜੀ ਦੇ ਵਿੱਚ ਰਹਿ ਰਿਹਾ ਸੀਗਾ। ਇਹ ਅੱਗੇ ਹਰਜੀਤ ਪੰਡਾਲ ਨਾਮ ਦੇ ਵਿਅਕਤੀ ਨਾਲ ਜੁੜੇ ਹੋਏ ਨੇ, ਜਿਹੜਾ ਕਿ ਇੰਗਲੈਂਡ ਰਹਿੰਦਾ ਹੈ। ਹਰਜੀਤ ਪੰਡਾਲ ਅੱਗੇ ਗੋਪੀ ਨਵਾਂ ਸ਼ਹਿਰ ਦਾ ਜਿਹੜਾ ਕਿ ਰਹਿਣ ਵਾਲਾ ਹੈ, ਜਿਹੜਾ ਕਿ ਯੂ ਐੱਸ ਏ ਦੇ ਵਿੱਚ ਫਿਲਹਾਲ ਰਹਿੰਦਾ ਹੈ, ਇਹ ਅੱਗੇ ਉਹਦੇ ਨਾਲ ਜੁੜੇ ਹੋਏ ਨੇ। ਤੇ ਇਹ ਜਿਹੜੇ ਦੋਨੋਂ ਵਿਅਕਤੀ ਨੇ ਇਹ ਗੋਪੀ ਤੇ ਹਰਜੀਤ ਪੰਡਾਲ ਦੇ ਮੋਡਿਊਲ ਦਾ ਪਾਰਟ ਨੇ। ਇਹਨਾਂ ਦਾ ਜਿਹੜਾ ਮਕਸਦ ਇਹ ਸੀਗਾ ਕਿ ਇਹਨਾਂ ਨੇ ਕੁਝ ਟਾਰਗੇਟਸ ਜਿਹੜੇ ਸੀ ਆਈਡੈਂਟੀਫਾਈ ਕੀਤੇ ਹੋਏ ਸੀਗੇ ਹਰਜੀਤ ਪੰਡਾਲ ਤੇ ਗੋਪੀ ਨੇ, ਉਹਨਾਂ ਟਾਰਗੇਟਸ ਨੂੰ ਐਲੀਮੀਨੇਟ ਕਰਨ ਵਾਸਤੇ ਇਹਨਾਂ ਕੋਲੇ ਇਹ ਸਾਰਾ ਅਸਲਾ ਜਿਹੜਾ ਆਇਆ ਹੋਇਆ ਸੀਗਾ। ਇਹ ਜਿਹੜਾ ਵੈਪਨ ਸੀਗਾ ਇਹਨਾਂ ਨੇ ਇੱਥੇ ਲਾਂਡਰਾ ਰੋਡ ਦੇ ਕੋਲੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਬਾਹਰੋਂ ਕਹਿਣ ਦੇ ਮੁਤਾਬਕ ਇਹ ਇੱਕ ਜਗ੍ਹਾ ਤੇ ਅਨਆਈਡੈਂਟੀਫਾਈਡ ਜਗ੍ਹਾ ਤੇ ਰੱਖ ਗਿਆ ਸੀਗਾ, ਜਿੱਥੋਂ ਮੋਹਿਤ ਨੇ ਇਹ ਕਲੈਕਟ ਕਰਕੇ ਆਪਣੇ ਘਰ ਦੇ ਵਿੱਚ ਰੱਖ ਲਿਆ ਸੀਗਾ। ਇਹ ਸਾਰੀ ਜਿਹੜੀ ਚੀਜ਼ ਸੀ ਇਹ ਮਨਿੰਦਰ ਸਿੰਘ ਬੌਬੀ ਦੇ ਕਹਿਣ ਤੇ ਕੀਤੀ ਸੀ ਇਹਨੇ, ਤੇ ਇਹਨਾਂ ਦੇ ਨਾਲ ਦੋ ਵੈਪਨ ਵੀ ਜਿਹੜੇ ਸੀਗੇ ਬਾਹਰੋਂ ਭੇਜੇ ਗਏ ਸੀਗੇ। ਉਹ ਜਿਹੜੇ ਦੋ ਵੈਪਨ ਹੈ ਉਹ ਸਾਡੀ ਪੁੱਛਗਿੱਛ ਮੁਤਾਬਕ ਅੰਮ੍ਰਿਤਸਰ ਪੁਲਿਸ ਨੇ ਕਿਤੇ ਬਰਾਮਦ ਕਰ ਲਏ ਨੇ, ਜਿਹਦੀ ਡਿਟੇਲਸ ਅਸੀਂ ਇਹਨਾਂ ਤੋਂ ਲੈ ਰਹੇ ਨੇ। ਤੇ ਇਹਦੇ ਵਿੱਚ ਇਹਨਾਂ ਦੇ ਅਰੈਸਟ ਹੋਣ ਦੇ ਨਾਲ ਜਿਹੜੀ ਟਾਰਗੇਟ ਕਿਲਿੰਗ ਹੋਣੀ ਸੀਗੀ ਉੱਧਰ ਸੁਲਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ, ਉਹ ਜਿਹੜੀ ਹੈਗੀ ਹੈ ਪ੍ਰੀਵੈਂਟ ਹੋਈ ਹੈ। ਇਹ ਦੋਨੋਂ ਜਿਹੜੇ ਹੈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਇਹਨਾਂ ਦੋਨਾਂ ਦੇ ਉੱਤੇ ਜਿਵੇਂ ਜਿਹੜਾ ਮਨਿੰਦਰ ਸਿੰਘ ਔਰ ਬੌਬੀ ਹੈ ਇਹ ਤੇ 9 ਪਰਚੇ ਦਰਜ ਨੇ ਜੋ ਸਾਨੂੰ ਹਜੇ ਤੱਕ ਰਿਕਾਰਡ ਮੁਤਾਬਕ ਮਿਲੇ ਨੇ। ਇਹਨਾਂ ਦੇ ਵਿੱਚ ਐਕਸਟੋਰਸ਼ਨ ਦੇ ਪਰਚੇ, ਅਟੈਂਪਟ ਟੂ ਮਰਡਰ ਦੇ ਪਰਚੇ, ਆਰਮਜ਼ ਐਕਟ ਦੇ ਪਰਚੇ ਸ਼ਾਮਲ ਨੇ। ਜਿਹੜਾ ਮੋਹਿਤ ਕੁਮਾਰ ਹੈ ਉਹਦੇ ਉੱਤੇ ਵੀ ਲੜਾਈ ਝਗੜੇ ਦੇ ਤੇ ਇਸੇ ਤਰ੍ਹਾਂ ਦੇ ਐਕਸਟੋਰਸ਼ਨ ਦੇ ਕਾਫੀ ਪਰਚੇ ਜਿਹੜੇ ਦਰਜ ਨੇ। ਇਹ ਜਿਵੇਂ ਮੈਂ ਦੱਸਿਆ ਇਹ ਜਿਹੜਾ ਗੋਪੀ ਨਵਾਂ ਸ਼ਹਿਰੀ ਹੈ ਇਹ ਉਸ ਗੈਂਗ ਨਾਲ ਰਿਲੇਟਡ ਨੇ, ਤੇ ਇਹ ਹਰਜੀਤ ਪੰਡਾਲ ਵੀ ਉਸ ਗੈਂਗ ਦਾ ਮੈਂਬਰ ਹੈ। ਦੋਨੋਂ ਬਾਹਰ ਵਿਅਕਤੀ ਬੈਠੇ ਨੇ, ਇਹਨਾਂ ਦੋਨਾਂ ਨੂੰ ਵੀ ਕੇਸ ਨੋਮੀਨੇਟ ਕੀਤਾ ਗਿਆ। ਇਹ ਇੱਕ ਪੀਜੀ ਚ ਰਹਿ ਰਹੇ ਸੀ, ਇਹਨੂੰ ਪੀਜੀ ਲਿਖਤਾ ਹੋਇਆ ਤੇ ਉੱਥੇ ਰਹਿ ਰਹੇ ਸੀ।
ਇਹਦੇ ਵਿੱਚ ਕੀ ਐਕਸਟੋਰਸ਼ਨ ਦਾ ਹੀ ਮੇਨ ਕੌਜ਼ ਸੀਗਾ ਟਾਰਗੇਟ ਨੂੰ ਫਿਕਸ ਕਰਨ ਲਈ, ਕਿਉਂਕਿ ਅੱਗੇ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਏਦਾਂ ਦੇ ਕੌਜ਼ ਹੋਏ ਨੇ ਕਿ ਬਾਹਰੋਂ ਉਹਨਾਂ ਨੂੰ ਫੋਨ ਜਾਂਦੇ ਸੀਗੇ ਪਰ ਗੁਰਗੇ ਇੱਥੇ ਕੰਮ ਕਰਦੇ ਸੀਗੇ, ਕੁਛ ਏਦਾਂ ਦਾ ਐਕਸਟੋਰਸ਼ਨ ਦਾ ਵੀ ਨਹੀਂ, ਇਹਨਾਂ ਦਾ ਐਕਸਟੋਰਸ਼ਨ ਨਹੀਂ, ਜਿਹੜਾ ਆ ਵਾਲੇ ਵੈਪਨਸ ਲਾਇਆ ਸੀ ਟਾਰਗੇਟ ਕਿਲਿੰਗ ਵਾਸਤੇ ਸੀ। ਨਹੀਂ ਦੈਟਸ ਮਾਈ ਪੁਆਇੰਟ ਇਸ ਕਿ ਇਹ ਟਾਰਗੇਟ ਕਿਲਿੰਗ ਐਕਸਟੋਰਸ਼ਨ ਨਹੀਂ ਸੀਗੀ ਜਾਂ ਫਿਰ ਕੋਈ ਹੋਰ। ਨਾ ਨਾ ਨਾ, ਇਹਨਾਂ ਦੀ ਆਪਸੀ ਦੁਸ਼ਮਣੀ ਸੀਗੀ, ਇਹ ਅਸੀਂ ਜਾਣਬੁੱਝ ਕੇ ਹਜੇ ਤੁਹਾਨੂੰ ਡਿਸਕਲੋਜ਼ ਨਹੀਂ ਕਰ ਰਹੇ ਨਾਮ ਜੀ ਦਾ ਟਾਰਗੇਟ ਕਿਲਿੰਗ ਦਾ ਸੀਗਾ, ਉਹ ਅਸੀਂ ਸੈਪਰੇਟਲੀ ਰਿਪੋਰਟਸ ਬਣਾ ਕੇ ਭੇਜਾਂਗੇ ਉਹਦੀ। ਇਹ ਚ ਇਹਨਾਂ ਦੀ ਆਪਸੀ ਦੁਸ਼ਮਣੀ ਦੇ ਤਹਿਤ ਇਹਨਾਂ ਨੇ ਕਿਸੇ ਬੰਦੇ ਨੂੰ ਟਾਰਗੇਟ ਕਰਨਾ ਸੀਗਾ, ਉਹ ਬੰਦਾ ਜਿਹੜਾ ਹੈਗਾ ਉਹ ਵੀ ਜਲੰਧਰ ਤੇ ਕਪੂਰਥਲਾ ਏਰੀਆ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਣਾ ਸੀ। ਹਾਂ ਹਾਂ, ਇਹ ਦੋਸਤ ਨੇ ਜਾਣਦੇ ਸੀ ਇਹਨਾਂ ਨੇ, ਬਲਕਿ ਜਿਹੜਾ ਮਨਿੰਦਰ ਹੈ ਉਸੇ ਨੇ ਮੋਹਿਤ ਨੂੰ ਡਿਪਿਊਟ ਕੀਤਾ ਸੀ ਅੱਗੇ ਇਹ ਅਸਲਾ ਕਲੈਕਟ ਕਰਕੇ ਆਪਦੇ ਕੋਲ ਰੱਖਣ। ਸਰ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਕੁਝ ਆਏ, ਇਹ ਜਿਹੜਾ ਦੇਖੇ ਗਿਆ ਲਾਂਡਰਾ ਕੌਣ ਸੀ ਕਿਸ ਤਰ੍ਹਾਂ ਦਾ, ਉਹ ਹਜੇ ਆਈਡੈਂਟੀਫਾਈਡ ਸਾਡਾ ਨਹੀਂ ਹੈਗਾ, ਉਹ ਸਾਡੀ ਇਨਵੈਸਟੀਗੇਸ਼ਨ ਜੋ ਜਾਰੀ ਰਹੇਗੀ, ਜਿਵੇਂ ਇਨਵੈਸਟੀਗੇਸ਼ਨ ਦੌਰਾਨ ਕੋਈ ਬੰਦਾ ਸਾਹਮਣੇ ਆਉਂਦਾ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ। ਇਹ ਕੰਮ ਸਰ ਪੁੱਛਣ ਦਾ ਆਸਰਾ ਬੜਿਆ, ਉਹ ਅਲੱਗ ਜਗ੍ਹਾ ਤੇ ਰੱਖਿਆ ਸੀ ਇਹਨਾਂ ਨੇ, ਉੱਥੋਂ ਵੀ ਲੈ ਜਾਣਾ ਸੀ। ਉਹ ਸੈਪਰੇਟ ਜਗ੍ਹਾ ਤੇ ਸੀਗੇ ਤੇ ਇਹਨਾਂ ਦੇ ਸਾਥੀਆਂ ਨੇ ਹੀ ਉੱਥੇ ਜਿਹੜਾ ਸੀਗਾ ਉੱਥੇ ਰਖਵਾਇਆ ਸੀਗਾ, ਜਿਹੜੇ 12 ਬੰਦੇ ਬੈਠੇ ਉਹਨਾਂ ਦੇ ਸਾਥੀਆਂ ਨੇ, ਉਹ ਅੰਮ੍ਰਿਤਸਰ ਪੁਲਿਸ ਨੇ ਰਿਕਵਰ ਕੀਤਾ। ਇਹ ਸਾਡੀ ਪੁੱਛਗਿੱਛ ਉਹਨੇ ਲੇਟੈਸਟ ਹੀ ਆਈ ਹੈ, ਹਜੇ ਅਸੀਂ ਅੰਮ੍ਰਿਤਸਰ ਪੁਲਿਸ ਨਾਲ ਟਾਈਅਪ ਕਰਕੇ, ਹਜੇ ਇਹ ਵੀ ਕਲੀਅਰ ਨਹੀਂ ਕਮਿਸ਼ਨਰੇਟ ਕੇ ਦਿਹਾਤੀ ਪੁਲਿਸ ਚੋਂ, ਉਹਨਾਂ ਨਾਲ ਟਾਈਅਪ ਕਰਕੇ ਜਿਹੜੇ ਵੈਪਨ ਰਿਕਵਰ ਹੋਏ ਫਿਰ ਇਹ ਜੁਆਇੰਟ ਇਨਵੈਸਟੀਗੇਸ਼ਨ ਜਿਹੜੀ ਇਹ ਚ ਹੋਈ। ਸਰ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਆਇਆ, ਪਹਿਲਾਂ ਕੋਈ ਆਈ ਹੈ, ਕੋਈ ਦੇਖ ਕੇ ਗਿਆ ਜਾਂ ਫਿਰ ਫਸਟ ਟਾਈਮ? ਇਹ ਬਾਈ ਚਾਂਸ, ਕਿਉਂਕਿ ਇੱਥੇ ਰਹਿ ਰਿਹਾ ਸੀਗਾ ਜਿਹੜਾ ਮੋਹਿਤ ਨਾਮ ਦਾ ਵਿਅਕਤੀ, ਇੱਥੇ ਰਹਿ ਰਿਹਾ ਸੀ, ਅਦਰਵਾਈਜ਼ ਇਹ ਸਾਰਾ ਜਲੰਧਰ ਤੇ ਸੁਲਤਾਨਪੁਰ ਲੋਧੀ ਏਰੀਆ ਦਾ ਹੀ ਮੈਟਰ ਹੈਗਾ। ਇਹ ਕਿਉਂਕਿ ਇੱਥੇ ਰਹਿ ਰਿਹਾ ਸੀਗਾ ਤੇ ਇੱਥੇ ਇਸ ਕਰਕੇ ਆ ਗਿਆ, ਤੇ ਸਾਨੂੰ ਇਨਫੋਰਮੇਸ਼ਨ ਆਈ ਕਿ ਇਨਫੋਰਮੇਸ਼ਨ ਦੇ ਇੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਅਸਲਾ ਆਇਆ ਹੋਇਆ, ਤਾਂ ਉਸ ਕਰਕੇ ਅਸੀਂ ਸਾਡੀ ਇੱਥੇ ਟੀਮ ਨੇ ਐਕਟੀਵੇਟ ਹੋ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਇਹ ਵੀ ਕਲੀਅਰ ਹੋਇਆ ਕਿ ਇਹਨਾਂ ਦੋਨਾਂ ਤੋਂ ਕਿਸੇ ਨੇ ਉਹ ਟਾਰਗੇਟ ਕਿਲਿੰਗ ਕਰਨੀ ਸੀ ਜਾਂ ਕੋਈ ਅਲੱਗ ਤੋਂ ਬੰਦਾ ਉੱਥੇ।